ਮੈਂ ਕਿਹਾ SSP ਸਾਹਿਬ ਹੁਣ ਮਿੱਠਾ ਖਾਣਾ ਬੰਦ ਕਰ ਦਿਓ 2 ਸਾਲ, ਕਿਉਂਕਿ ਉਹਦੇ ਬਾਅਦ ਬਹੁਤ ਜ਼ਿਆਦਾ ਤੁਹਾਨੂੰ ਜਲੇਬੀਆਂ ਲੱਡੂ ਮਿਲਣਗੇ, ਫਿਰ ਸ਼ੁਗਰ ਨਾ ਹੋ ਜਾਏ ਤੁਹਾਨੂੰ। ਹਲੇ ਤਾਂ ਮੈਂ ਕਹਿਣਾ ਨਹੀਂ ਚਾਹੁੰਦਾ, ਤੁਸੀਂ ਵੀਡੀਓ ਬਣਾ ਲੈਂਦੇ ਹੋ, ਮਗਰ ਸਮਾਂ ਆ ਲੈਣ ਦੇ ਇੰਨਾ ਪਿਆਰ ਦੇਵਾਂਗੇ ਉਹਨੂੰ, ਇੰਨਾ ਪਿਆਰ ਦੇਵਾਂਗੇ ਮਿੱਤਰਾ, ਉਹਨੂੰ ਤਾਂ ਸਵਾਇਆ ਨਹੀਂ ਜਾਣਾ ਉਹ ਪਿਓ ਦੇ ਪੁੱਤ ਕੋਲੋਂ। ਮੈਂ ਕਿਸੇ ਵੀ ਗੱਲ ਦਾ, ਮੇਰੇ 'ਤੇ ਕੋਈ ਪ੍ਰੈਸ਼ਰ ਨਹੀਂ ਹੈ, ਜੋ ਮੈਂ ਜੋ ਕਰੂੰਗਾ ਸਹੀ ਕਰੂੰਗਾ ਔਰ ਐਵੀਡੈਂਸ ਦੇ ਆਧਾਰ 'ਤੇ ਕਰੂੰਗਾ। ਸ਼੍ਰੀ ਮੁਕਤਸਰ ਸਾਹਿਬ ਵਿੱਚ ਹੋਈ ਬੂਥ ਕੈਪਚਰਿੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅੱਖਾਂ ਵਿੱਚ ਮੁਕਤਸਰ ਸਾਹਿਬ ਦੇ SSP ਮਨਜੀਤ ਸਿੰਘ ਢੇਸੀ ਰੜਕਦੇ ਦਿਖਾਈ ਦੇ ਰਹੇ ਨੇ, ਤੇ ਉਹ ਜਿੱਥੇ ਵੀ ਜਾਂਦੇ ਨੇ ਆਪਣੇ ਭਾਸ਼ਣ ਦੌਰਾਨ ਢੇਸੀ ਨੂੰ ਆਪਣੀ ਸਰਕਾਰ ਬਣਨ ਤੇ ਉਸਨੂੰ ਸਬਕ ਸਿਖਾਉਣ ਦੀ ਚੇਤਾਵਨੀ ਦਿੱਤੀ ਜਾਂਦੀ ਹੈ। ਹੁਣ ਇੱਕ ਵਾਰ ਫਿਰ ਸੁਖਬੀਰ ਬਾਦਲ ਨੇ ਢੇਸੀ ਨੂੰ ਕੁਝ ਇਸ ਤਰੀਕੇ ਨਾਲ ਚੇਤਾਵਨੀ ਦਿੱਤੀ, ਜਰਾ ਤੁਸੀਂ ਵੀ ਸੁਣੋ। ਐ ਨਾ ਸਮਝੋ ਕਿ ਤੁਸੀਂ ਹੁਣ ਬਚ ਕੇ ਭੱਜੋਗੇ, ਜੈ ਜਾ ਗੁਨਾਹ SSP ਨੇ ਕੀਤਾ ਹੈ ਹਿੰਦੁਸਤਾਨ ਦੇ ਇਤਿਹਾਸ ਵਿੱਚ, ਕਿਤੇ ਨਹੀਂ ਹੋਣਾ ਹਿੰਦੁਸਤਾਨ 'ਚ, ਨਹੀਂ ਕਿਸੇ ਸੂਬੇ ਦੇ SSP ਨੇ ਬੂਥ ਕੈਪਚਰਿੰਗ ਆਪ ਨਹੀਂ ਕਰਾਈ ਹੋਣੀ, ਜਿਹਨੇ ਮੁਕਤਸਰ ਦੇ SSP ਨੇ ਆਪ ਅੱਗੇ ਲੱਗ ਕੇ ਬੂਥ ਕੈਪਚਰਿੰਗ ਕਰਾਈ। ਮੈਂ ਕਹਿੰਦਾ ਜਿਹੜੀ ਆਹ ਪੁਲਿਸ ਅਫਸਰ ਬਣਿਆ, ਮੈਂ ਕਹਿੰਦਾ ਇਹਦਾ ਐਗਜ਼ਾਮਪਲ ਬਣਾਉਣਾ ਚਾਹੀਦਾ, ਦੇਸ਼ ਦੇ ਅਦਾਲਤ ਨੇ ਨੂੰ ਬਣਾਉਣਾ ਚਾਹੀਦਾ ਕਿ ਜਿਹੜਾ ਅਫਸਰ ਹੀ ਕਾਨੂੰਨ ਤੋੜਨ ਲੱਗ ਜਾਏ ਤੇ ਐ ਗੁੰਡਾਗਰਦੀ ਕਰੇ ਜਿਵੇਂ ਕੋਈ ਵੱਡਾ ਗੁੰਡਾ ਹੁੰਦਾ, ਇਕੱਲੇ ਚਮਚੀ ਮਾਰਨ ਵਾਸਤੇ, ਕਿਉਂਕਿ ਉਹਦੇ ਭਰਾ ਨੂੰ ਮੁੱਖ ਮੰਤਰੀ ਦਾ OSD ਹੈ, ਇਸ ਕਰਕੇ ਮੈਂ ਕਿਹਾ SSP ਸਾਹਿਬ ਹੁਣ ਮਿੱਠਾ ਖਾਣਾ ਬੰਦ ਕਰ ਦਿਓ 2 ਸਾਲ, ਕਿਉਂਕਿ ਉਹਦੇ ਬਾਅਦ ਬਹੁਤ ਜ਼ਿਆਦਾ ਤੁਹਾਨੂੰ ਜਲੇਬੀਆਂ ਲੱਡੂ ਮਿਲਣਗੇ, ਫਿਰ ਸ਼ੁਗਰ ਨਾ ਹੋ ਜਾਏ ਤੁਹਾਨੂੰ। ਔਨ ਸਰ SSP ਸਾਹਿਬ, ਜੋ ਗੁਨਾਹ ਕੀਤਾ ਤੁਸੀਂ, ਜੋ ਕਾਨੂੰਨ ਤੋੜਿਆ ਤੁਸੀਂ, ਪੰਜਾਬ ਦੀ ਜਨਤਾ ਨੂੰ ਇਨਸਾਫ ਮਿਲੂਗਾ ਹੀ ਮਿਲੂਗਾ, ਮੁਕਤਸਰ ਦੀ ਜਨਤਾ ਨੂੰ ਇਨਸਾਫ ਮਿਲੂਗਾ ਹੀ ਮਿਲੂਗਾ, ਜੋ ਕਾਨੂੰਨ ਤੁਸੀਂ ਤੋੜਿਆ। ਮੈਂ ਤਾਂ ਹੈਰਾਨ ਹਾਂ, ਇੱਥੇ SHO ਆਪਣੇ ਆਪ ਫੋਟੋ ਖਿਚਾਉਂਦੇ ਆ ਜਿੱਤ ਕੇ। ਸੁਖਵੀਰ ਬਾਦਲ ਤਾਂ ਢੇਸੀ ਦੇ ਪਿੱਛੇ ਪਏ ਹੋਏ ਸੀ, ਹੁਣ ਬਿਕਰਮ ਮਜੀਠੀਆ ਵੀ ਢੇਸੀ ਦੇ ਨਿਸ਼ਾਨੇ ਸਾਧਨ ਤੋਂ ਪਿੱਛੇ ਨਹੀਂ ਹਟੇ। ਉਹਨਾਂ ਨੇ SSP ਬਾਰੇ ਕੀ ਕਿਹਾ ਪਹਿਲਾਂ ਤੁਹਾਨੂੰ ਉਹ ਸੁਣਾ ਦਿੰਦੇ ਆ। ਤੇ ਮੈਨੂੰ ਅੱਜ ਪਤਾ ਲੱਗਿਆ ਸੁਖਵੀਰ ਜੀ, ਕਾਂਗਰਸੀਆਂ ਨੇ ਫੈਸਲਾ ਹੀ ਕਰ ਲਿਆ ਕਿ ਹੁਣ ਜ਼ਿਲ੍ਹੇ ਪ੍ਰਧਾਨਾਂ ਦੀ ਲੋੜ ਨਹੀਂ ਰਵੇਣੀ, ਉਹਨਾਂ ਨੇ ਸਾਰੇ SSPਆਂ ਨੂੰ ਆਪਦਾ ਜ਼ਿਲ੍ਹਾ ਪ੍ਰਧਾਨ ਲਾ ਦੇਣਾ, ਕਿਉਂਕਿ ਜਿੱਤੇ ਤਾਂ SSP ਆ ਜਿਨ੍ਹਾਂ ਨੇ ਗਲਤ ਕੰਮ ਕੀਤਾ। ਅੱਜ ਜਿਵੇਂ ਤੁਹਾਡੇ ਵਾਲਾ ਕੀ ਨਾ ਉਹਦਾ ਥੋੜ੍ਹਾ ਭਾਰਾ ਜਿਹਾ ਗੁੱਗਲ ਜਿਹਾ ਗੁੱਲੂ ਜਿਹਾ ਬੋਲੂ ਜਿਹਾ ਢੇਸੀ, ਮੈਨੂੰ ਕਈ ਪੁਲਿਸ ਵਾਲੇ ਜਿਹੜੇ ਸਿਆਣੇ ਵੀਰ ਆ ਉਹਨਾਂ ਦਾ ਫੋਨ ਆਇਆ, ਤੁਸੀਂ ਵੇਖੋ ਉਹ ਪੁਲਿਸ ਵਾਲੇ ਦਾ ਵੀ, ਵੈਸੇ ਤਾਂ ਬਾਲ ਸਾਹਿਬ ਰੱਬ ਸੁੱਖ ਰੱਖੇ ਉਹਦੀ ਇਨਕੁਆਇਰੀ ਚਲੋ, ਜਿਹੜਾ ਉਹਨੇ ਡੈਮੋਕਰੇਸੀ ਦਾ ਲੋਕਤੰਤਰ ਦਾ ਘਾਣ ਕੀਤਾ ਬੂਥ ਕੈਪਚਰਿੰਗ ਉਹਨੇ ਆਪ ਕਰਾਈ ਆ। ਹਲੇ ਤਾਂ ਮੈਂ ਕਹਿਣਾ ਨਹੀਂ ਚਾਹੁੰਦਾ, ਤੁਸੀਂ ਵੀਡੀਓ ਬਣਾ ਲੈਂਦੇ ਹੋ, ਮਗਰ ਸਮਾਂ ਆ ਲੈਣ ਦੇ ਇੰਨਾ ਪਿਆਰ ਦੇਵਾਂਗੇ ਉਹਨੂੰ, ਇੰਨਾ ਪਿਆਰ ਦੇਵਾਂਗੇ ਮਿੱਤਰਾ, ਉਹਨੂੰ ਤਾਂ ਸਵਾਇਆ ਨਹੀਂ ਜਾਣਾ ਉਹ ਪਿਓ ਦੇ ਪੁੱਤ ਕੋਲੋਂ। ਮਗਰ ਜਿਨ੍ਹਾਂ ਨੂੰ ਜਿਹੜੀ ਭਾਸ਼ਾ ਸਮਝ ਆਵੇ ਨਾ, ਫਿਰ ਮਾੜੀ ਜਿਹੀ ਲਿਸਟ ਵੀ ਹੁਣ ਬਣਾ ਲਿਓ। ਸੁਖਵੀਰ ਜੀ ਨੇ ਤਾਂ ਲਾਲ ਡਾਇਰੀ ਲਾਈ ਆ, ਤੁਸੀਂ ਵੀ ਪੀਲੀ ਨੀਲੀ ਡਾਇਰੀ ਇੱਕ ਲਾ ਲਿਓ, ਮੈਂ ਤੁਹਾਨੂੰ ਦੱਸਾਂ। ਜਦੋਂ ਸਾਡੇ ਵਰਗੇ ਨੂੰ ਉਦੋਂ ਯਾਦ ਕਰਾ ਦਿਆ ਕਰਿਓ, ਇਹਨਾਂ ਨੂੰ ਇਹੋ ਜਿਹਾ ਪਿਆਰ ਦੇਵਾਂਗੇ, ਇਹੋ ਜਿਹਾ ਪਿਆਰ ਦੇਵਾਂਗੇ ਕਿ ਮੁੜ ਕੇ ਇਹੋ ਜਿਹੇ ਅਫਸਰ ਕਦੇ ਲੋਕਤੰਤਰ ਦਾ ਕਾਹਨ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ। ਜੀ ਹਾਂ, ਅਕਾਲੀਆਂ ਵੱਲੋਂ ਲਗਾਤਾਰ ਢੇਸੀ ਤੇ ਕੀਤੇ ਜਾ ਰਹੇ ਸ਼ਬਦੀ ਹਮਲੇ ਤਾਂ ਤੁਸੀਂ ਸੁਣ ਹੀ ਲਏ, ਤੇ ਹੁਣ ਅਕਾਲੀਆਂ ਦੀਆਂ ਗਿੱਦੜ ਭੰਕਿਆਂ ਸੁਣ ਸੁਣ ਕੇ ਅੱਕ ਚੁੱਕੇ SSP ਢੇਸੀ ਨੇ ਚੁੱਪੀ ਤੋੜਦੇ ਹੋਏ ਆਪਣਾ ਬਿਆਨ ਦੇ ਦਿੱਤਾ। ਮੈਂ ਖੁਦ ਉੱਥੇ ਸੀਗਾ, ਮੈਂ ਇਕੱਲੇ ਇਕੱਲੇ ਪੋਲਿੰਗ ਸਟੇਸ਼ਨ 'ਤੇ ਆਪ ਗਿਆ, ਆਪ ਲੋਕਾਂ ਨੂੰ ਬਰੀਫ ਕੀਤਾ, ਔਰ ਮੈਂ ਇਕੱਲਾ ਇਕੱਲਾ ਜਿਹੜਾ ਹੈਗਾ ਪੋਲਿੰਗ ਸਟੇਸ਼ਨ 'ਤੇ ਆਪ ਗਿਆ ਹੈਗਾ। ਉਸ ਤੋਂ ਪਹਿਲੇ ਦਿਨ ਵੀ ਇੱਦਾਂ ਦਾ ਕੋਈ ਜਿਹੜਾ ਹੈਗਾ ਸਾਡੇ ਸਿਕਿਉਰਿਟੀ ਅਰੇਂਜਮੈਂਟ ਦੇ ਵਿੱਚ ਜਿਹੜਾ ਪ੍ਰੋਪਰ ਸਾਡਾ ਅਰੇਂਜਮੈਂਟ ਕੀਤਾ ਗਿਆ ਸੀਗਾ। ਪਰ ਮੈਂ ਇਹ ਜ਼ਰੂਰ ਕਹੂੰਗਾ ਕਿ ਮੈਂ ਕਿਸੇ ਵੀ ਗੱਲ ਦਾ, ਮੇਰੇ 'ਤੇ ਕੋਈ ਪ੍ਰੈਸ਼ਰ ਨਹੀਂ ਹੈ ਔਰ ਨਾ ਮੈਂ ਪ੍ਰੈਸ਼ਰ 'ਚ ਆ ਕੇ ਕੰਮ ਕਰੂੰਗਾ। ਜੋ ਮੈਂ ਜੋ ਕਰੂੰਗਾ ਸਹੀ ਕਰੂੰਗਾ
और एविडेंस के आधार पर करूँगा। जो इन्वेस्टिगेशन गल्लां सामने आउणगियां उहदे आधार पर ही फर्दर जिहड़ा हैगा कोई कोई कार्रवाई की। अकाली दल वालों लगातार ढेसी ते अपनी सरकार आउण ते कार्रवाई करन दी दित्ती चेतावनी, जिस तों साफ जाहिर हुंदा है कि अकाली दलां दे दिलां विच SSP खिलाफ काफी गुस्सा भरिया होया, जिहदा नतीजा हुण आउण वाले समें च ही पता लगेगा। ब्यूरो रिपोर्ट, चैनल पंजाब।